ਕੁਰਕਸ਼ੇਤਰ ਵਿੱਚ ਗੁਰਬਖਸ਼ ਸਿੰਘ ਖਾਲਸਾ ਦੀ ਮੌਤ ਤੋਂ ਗੁਸਾਏ ਸਿੱਖ ਨੇਤਾਵਾਂ ਵਿੱਚ ਭਾਰੀ ਰੋਸ ਹੈ। ਇਸ ਦੇ ਚੱਲਦਿਆਂ ਕੁਰਕਸ਼ੇਤਰ ਕੈਥਲ ਮਾਰਗ ਤੇ ਜਾਮ ਲਗਾ ਦਿੱਤਾ ਗਿਆ। ਇਸ ਜਾਮ ਤੋਂ ਬਾਅਦ ਸਰਕਾਰੀ ਅਫਸਰਾਂ 'ਚ ਹਫੜਾ ਦਫੜੀ ਮੱਚ ਗਈ ਅਤੇ ਭਾਰੀ ਤਾਦਾਦ ਵਿੱਚ ਪੁਲਿਸ ਬਲ ਤੈਨਾਤ ਕੀਤਾ ਗਿਆ। ਉੱਥੇ ਸਿੱਖ ਨੇਤਾ ਕਵਲਜੀਤ ਅਜਨਾਲਾ ਨੇ ਕਿਹਾ ਕਿ ਗੁਰਬਖਸ਼ ਸਿੰਘ ਨੇ ਕੌਮ ਲਈ ਸ਼ਹਾਦਤ ਦਿੱਤੀ ਹੈ। ਗੁਰਬਖਸ਼ ਸਿੰਘ ਤੇ ਪ੍ਰਸ਼ਾਸਨ ਨੇ ਅਤੇ ਪੁਲਿਸ ਨੇ ਇੰਨਾ ਦਬਾਅ ਬਣਾ ਦਿੱਤਾ ਸੀ ਕਿ ਉਸ ਨੂੰ ਮਜਬੂਰਨ ਛਾਲ ਮਾਰ ਕੇ ਆਪਣੀ ਜਾਨ ਦੇਣੀ ਪਈ। ਉਸ ਨੇ ਕਿਹਾ ਕਿ ਸਰਕਾਰ ਨੇ ਹੀ ਗੁਰਬਖਸ਼ ਸਿੰਘ ਦਾ ਕਤਲ ਕੀਤਾ ਹੈ। ਉੱਥੇ ਹੀ ਉਹਨਾਂ ਨੇ ਸਿੱਖ ਜਥੇਬੰਦੀਆਂ ਦੇ ਨਾਲ ਬੈਠਕ ਕਰਕੇ ਅੱਗੇ ਦੀ ਰਣਨੀਤੀ ਬਣਾਉਣ ਦੀ ਵੀ ਗੱਲ ਕਹੀ। ਅੱਜ ਗੁਰਬਖਸ਼ ਸਿੰਘ ਜੀ ਖਾਲਸਾ ਜਿਹੜੇ ਸਾਡੇ ਸਿੱਖ ਕੌਮ ਦੀ ਲੜਾਈ ਲੜ ਰਹੇ ਸਨ, ਬੰਦੀ ਸਿੱਖਾਂ ਦੀ ਰਿਹਾਈ, ਜੋ ਜਿਹਨਾਂ ਦੀ ਸਿੱਖਾਂ ਦੀ ਸਜ਼ਾ ਪੂਰੀ ਹੋ ਗਈ ਹੈ ਤੇ ਲੇਕਿਨ ਅੱਜ ਵੀ ਉਹਨਾਂ ਨੂੰ ਰਿਹਾ ਨਹੀਂ ਕੀਤਾ ਗਿਆ, ਉਹਨਾਂ ਦੀ ਲੜਾਈ ਲੜ ਰਹੇ ਸਨ, ਉਹ ਅੱਜ ਪਿੰਡ ਠਸਕਾ ਵਾਲੀ ਡਿਸਟ੍ਰਿਕਟ ਕੁਰਕਸ਼ੇਤਰ ਬਲਾਕ ਸ਼ਾਹਬਾਦ ਦੇ ਵਿੱਚ ਅੱਜ ਬੈਠੇ ਸਨ, ਜਿਨ੍ਹਾਂ ਨੇ ਕਰੀਬ 1 ਵਜੇ ਅੱਜ ਉੱਥੇ ਬੈਠੇ ਸਨ ਅਤੇ ਪੁਲਿਸ ਪ੍ਰਸ਼ਾਸਨ ਨੇ ਅੱਜ ਉੱਥੇ ਦਬਾਅ ਬਣਾ ਦਿੱਤਾ ਉਹਨਾਂ ਦੇ ਉੱਤੇ ਅਤੇ ਉਹਨਾਂ ਨੂੰ ਮਜਬੂਰ ਹੋ ਕੇ ਟੈਂਕੀ ਦੇ ਉੱਤੋਂ ਛਲਾਂਗ ਲਗਾਉਣੀ ਪਈ ਅਤੇ ਉਹਨਾਂ ਦੀ ਉੱਥੇ ਇਹ ਸਾਰੀ ਘਟਨਾਕ੍ਰਮ ਦੇ ਵਿੱਚ ਡੈਥ ਹੋ ਗਈ। ਅਸੀਂ ਸਮਝਦੇ ਹਾਂ ਕਿ ਉਹ ਇਹ ਸਾਰੇ ਕੰਮ ਦੇ ਵਿੱਚ ਪੁਲਿਸ ਪ੍ਰਸ਼ਾਸਨ ਨੇ ਇਹਦੇ ਵਿੱਚ ਆਪਣੀ ਨਾਕਾਮੀ ਹੈ ਉਹਨਾਂ ਦੀ। ਉੱਥੇ ਕੋਈ ਵੀ ਸੁਵਿਧਾ ਨਹੀਂ ਸੀ ਕਿ ਨਾ ਹੀ ਕੋਈ ਐਂਬੂਲੈਂਸ ਸੀ, ਨਾ ਹੀ ਕੋਈ ਡਾਕਟਰੀ ਹੋਰ ਇਲਾਜ ਸੀ, ਨਾ ਹੀ ਫਾਇਰ ਬ੍ਰਿਗੇਡ ਸੀ। ਔਰ ਮੈਂ ਸਮਝਦਾ ਕਿ ਪੁਲਿਸ ਪ੍ਰਸ਼ਾਸਨ ਨੇ ਇਹ ਦਬਾਅ ਬਣਾ ਕੇ ਇੱਕ ਸਿੱਖ ਕੌਮ ਨੂੰ ਨੀਵਾਂ ਵਿਖਾ ਕੇ ਇਹ ਸਮਝਦੇ ਅਸੀਂ ਸਮਝਦੇ ਕਿ ਹੱਤਿਆ ਕੀਤੀ ਗਈ ਅੱਜ, ਜਿਹੜੀ ਅੱਜ ਤੁਹਾਡੇ ਸਾਹਮਣੇ ਗੁਰਬਖਸ਼ ਸਿੰਘ ਜੀ ਖਾਲਸਾ ਜਿਹੜੀ ਬੰਦੀ ਸਿੱਖਾਂ ਦੀ ਇੱਕ ਸਿੱਖਾਂ ਸਿੱਖ ਕੌਮ ਦੀ ਲੜਾਈ ਲੜ ਰਹੇ ਸਨ। For all updated news, please subscribe Ava News and ring the bell.